ਫਾਜ਼ਿਲਕਾ ਦੇ ਪਿੰਡ ਖੀਪਾਂ ਵਾਲੀ ਦੇ ਇੱਕ ਬਜ਼ੁਰਗ ਨੇ ਸਾਬਕਾ ਸਰਪੰਚ ਗੋਪੀ ਰਾਮ ਬਾਗੜੀਆ ਤੇ ਲਗਾਏ ਗੰਭੀਰ ਆਰੋਪ, ਕਿਹਾ ਨਹੀਂ ਮਿਲ ਰਿਹਾ 10 ਮਹੀਨਿਆਂ ਤੋਂ ਇਨਸਾਫ। ਫਾਜ਼ਿਲਕਾ ਦੇ ਪਿੰਡ ਖੀਪਾਂ ਵਾਲੀ ਦੇ ਵਿੱਚ ਇੱਕ ਬਜ਼ੁਰਗ ਸੁਖਮੰਦਰ ਸਿੰਘ ਵੱਲੋਂ ਪਿੰਡ ਦੇ ਹੀ ਸਾਬਕਾ ਸਰਪੰਚ ਗੋਪੀ ਰਾਮ ਬਾਗੜੀਆ ਤੇ ਗੰਭੀਰ ਆਰੋਪ ਲਗਾਏ ਗਏ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਟਰਾਲੀ ਥੱਲੇ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਘਟਨਾ 10 ਮਹੀਨੇ ਪਹਿਲੇ ਦੀ ਹੈ, ਜਦੋਂ ਮੋੜ ਤੇ ਖੜਾ ਸੀ ਤਾਂ ਗੋਪੀ ਰਾਮ ਬਾਗੜੀਆ ਵੱਲੋਂ ਉਸਨੂੰ ਪੁਰਾਣੀ ਦੁਸ਼ਮਣੀ ਦੇ ਚਲਦੇ ਟਰਾਲੀ ਥੱਲੇ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੇ ਵਿੱਚ ਉਹ ਬਚ ਗਿਆ ਅਤੇ ਉਸਦੇ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ। ਲੇਕਿਨ 10 ਮਹੀਨਿਆਂ ਬਾਅਦ ਵੀ ਉਸਨੂੰ ਇਨਸਾਫ ਨਹੀਂ ਮਿਲ ਪਾ ਰਿਹਾ। ਉੱਧਰ ਜਦ ਇਸ ਮਾਮਲੇ ਦੇ ਵਿੱਚ ਸਾਬਕਾ ਸਰਪੰਚ ਗੋਪੀ ਰਾਮ ਬਾਗੜੀਆ ਦੇ ਨਾਲ ਗੱਲਬਾਤ ਕਰਨੀ ਚਾਹੀਦਾ, ਉਹਨਾਂ ਨੇ ਮਾਮਲਾ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ। ਉਹਨਾਂ ਨੇ ਕਿਹਾ ਕਿ ਸਾਜ਼ਿਸ਼ ਦੇ ਤਹਿਤ ਉਹਨਾਂ ਨੂੰ ਫਸਾਉਣ ਦਾ ਪ੍ਰਯਾਸ ਕੀਤਾ ਜਾ ਰਿਹਾ, ਜਿਸ ਦੀ CCTV ਫੁਟੇਜ ਵੀ ਉਹਨਾਂ ਕੋਲ ਮੌਜੂਦ ਹੈ। ਹਾਂਜੀ, ਕੀ ਨਾਮ ਹੈ ਜੀ? ਸੁਖਮੰਦਰ ਸਿੰਘ ਜੀ, ਅਤੇ ਪਿੰਡ ਖਿੱਪਾਂ ਵਾਲੀ ਹੈ ਮੇਰਾ ਜੀ। ਕੀ ਮਸਲਾ ਹੈ? 8/10/2020 ਨੂੰ ਸੁਬਹਾ 8 ਵਜੇ ਦੇ ਲਗਭਗ ਮੈਂ ਖੇਤੋਂ ਆਉਂਦਾ ਸੀ ਅਤੇ ਗੋਪੀ ਰਾਮ ਨੇ ਮੈਨੂੰ ਟਰਾਲੀ ਥੱਲੇ ਬਚਾ ਕੇ ਟਰਾਲੀ ਥੱਲੇ ਦਿੰਦਾ ਸੀ। ਮੈਂ ਬੜੀ ਅਮਤਨਾ ਬੱਚਾ, ਜਿਹੜੀ ਮੇਰੀ ਸੱਜੇ ਗੋਡੇ ਦੇ ਉੱਤੇ ਸੱਟ ਵੱਜੀ ਬੜੀ ਤਕੜੀ। ਅੱਜ ਉਸ ਮੇਰੇ ਕੋਲ ਮੈਂ ਹਸਪਤਾਲ ਦਾਖਲ ਹੋ ਗਿਆ। ਪੁਲਿਸ ਜਾ ਕੇ SI ਖੂਹੀ ਖੜੇ ਥਾਣੇ ਦਾ ਭੁਪਿੰਦਰ ਸਿੰਘ ਮੈਥੋਂ ਬਿਆਨ ਲਿਖ ਕੇ ਲਿਆਇਆ, ਨਾਲ ਦਸਖਤ ਕਰਾ ਕੇ ਲਿਆਇਆ, ਪਰ ਉਹਦੇ ਉੱਤੇ ਕਾਰਵਾਈ ਕੋਈ ਨਹੀਂ ਹੋਈ। ਅੱਜ ਮੈਂ ਰੋਟੀ ਤੋਂ ਮਥਾਜ ਹੋਇਆ ਬੈਠਾ, ਨਾ ਤਾਂ ਮੇਰੇ ਕੋਈ ਮੁੰਡਾ ਨਾ ਕੁੜੀ ਬੱਚਾ ਹੈ ਨਹੀਂ ਘਰ ਦੇ, ਮੇਰੇ ਗੁਜਰਾਂ ਨੂੰ 12 ਸਾਲ ਹੋ ਗਏ, ਨਾ ਮੇਰੇ ਕੋਲ ਕੋਈ ਪੈਸਾ, ਨਾ ਮੈਨੂੰ ਮਤਲਬ ਕੋਈ ਰੋਟੀ ਦਾ ਸਾਧਨ, ਨਾ ਮੈਂ ਦਵਾਈ ਦਾ, ਮੈਂ ਬੜਾ ਤੰਗ ਹਾਂ ਅਤੇ ਲੱਤ ਮੇਰੀ ਜਿਹੜੀ ਰੁਕੀ ਉਹਦੀ ਕਾਰਵਾਈ ਹੋਣੀ ਚਾਹੀਦੀ, ਜਿਹੜੀ ਮੇਰੇ ਮੈਂ ਇਸ ਤਰ੍ਹਾਂ ਦੀ ਹਾਲਤ ਹੋ ਗਈ, ਮੈਂ ਇਹ ਮੰਗ ਰੱਖਦਾ। ਤੁਹਾਡੇ ਵੱਲੋਂ ਦਰਖਾਸਤ ਦਿੱਤੀ ਗਈ ਸੀ? ਹਾਂ, ਦਿੱਤੀ ਸੀ ਜੀ, ਥਾਣੇ ਦਰਖਾਸਤ ਦਿੱਤੀ ਹੈ ਜੀ। ਅਤੇ ਉਹ ਜਦੋਂ ਬਿਆਨ ਤੋਂ ਬਾਅਦ ਫਿਰ ਤੁਹਾਡੇ ਨਾਲ ਗੱਲਬਾਤ ਨਹੀਂ ਹੋਈ? ਹੋਈ ਜੀ, ਮੈਂ 2 ਵਾਰੀ ਗਿਆ ਉਦੋਂ ਬਾਅਦ, ਅਤੇ ਉਹਨਾਂ ਦੇ ਕਾਰਵਾਈ ਕਰਦੇ ਹਾਂ, ਉਹਨਾਂ ਨੇ ਕੁਛ ਨਹੀਂ ਕੀਤਾ। ਹੁਣ ਕੀ ਮੰਗ ਹੈ? ਮੇਰੀ ਮੰਗ ਹੈ ਵੀ ਮਤਲਬ ਜਿਹੜਾ ਇਹਦੇ ਕਾਰਵਾਈ ਹੋਣੀ ਚਾਹੀਦੀ, ਜਿਹੜਾ ਮੇਰੇ 'ਤੇ ਉਹਨੇ ਸੱਟ ਮਾਰੀ, ਦੂਜਾ ਵਾਕਾ ਕਰਤਾ ਉਹਨੇ ਮੇਰੇ 'ਤੇ, ਅਤੇ ਉਹਦੇ 'ਤੇ ਕੋਈ ਕਾਰਵਾਈ ਨਹੀਂ ਹੋਈ। ਆਹ ਵੇਖੋ ਜੀ, ਪਿੱਛੇ ਟੋਕਰਾ ਭਰਿਆ ਪਿਆ ਦਵਾਈਆਂ ਦਾ, ਬੜੇ ਮਹਿੰਗੇ ਟੀਕੇ ਹੈ, ਮੇਰੇ ਕੋਲ ਕੋਈ ਗੁੰਜਾਇਸ਼ ਨਹੀਂ, ਕੋਈ ਪੈਸਾ ਨਹੀਂ। ਮੇਰੇ ਜਾਂ ਤਾਂ ਰਿਸ਼ਤੇਦਾਰ ਭੈਣਾਂ ਮੇਰੀਆਂ ਅਤੇ ਭਾਣਜੀਆਂ 2, ਜਾਂ ਮੇਰੇ ਕੋਈ ਸੱਜਣ ਮਿੱਤਰ ਆ, ਉਹ ਸੱਜਣ ਆਈ ਹਮ ਮਤਲਬ ਹਮਦਰਦੀ ਸਮਝ ਕੇ ਮੈਨੂੰ ਦਵਾਈ ਦਵਾ ਦਿੰਦੇ। ਕਦੇ ਕਦੇ ਮੈਂ 10-10 ਦਿਨ ਬੈਠਾ ਰਹਿੰਦਾ, ਮੈਂ ਤਾਂ 5-5 ਦਿਨ ਰੋਟੀਆਂ ਤੋਂ ਬੈਠਾ ਰਹਿੰਦਾ। ਹੁਣ ਮਤਲਬ ਮੈਂ ਰੋਟੀ ਮਤਲਬ ਕੋਈ ਸੱਜਣ ਬੰਦੇ ਕੋਲ, ਮੈਂ 5 ਦਿਨਾਂ ਦਾ ਭੁੱਖਾ ਉੱਥੋਂ ਜਾ ਕੇ ਰੋਟੀ ਖਾ ਕੇ ਹਾਂ, ਅਤੇ ਹੁਣ ਰੋਟੀਆਂ ਲਿਆ ਕੇ ਆਇਆ, ਤੁਸੀਂ ਵੇਖ ਸਕਦੇ ਹੋ ਰੋਟੀਆਂ ਮੇਰੇ ਕੋਲ ਪੌਣੇ 'ਚ ਵੱਜੀਆਂ ਪਈਆਂ, ਅਤੇ ਮੇਰਾ ਜਿਹੜੀ ਹੈ ਇਹਦਾ ਮਤਲਬ ਇੰਤਜ਼ਾਮ ਕੀਤਾ ਜਾਵੇ ਮੇਰੀ ਲੱਤ ਦਾ, ਅਤੇ ਮੇਰਾ ਜਿਹੜਾ ਹੈਗਾ ਉਹਦੇ ਨਾਲ ਕਾਰਵਾਈ ਬੰਦ ਹੀ ਕੀਤੀ ਜਾਵੇ। ਮੈਂ ਤਾਂ ਅੰਦਰੋਂ ਬਾਹਰ ਤਾਂ ਨਿਕਲਿਆ ਨਹੀਂ ਜਾਂਦਾ, ਮੈਂ ਕਦੇ ਕਿਸੇ ਪਾਸੇ ਜਾਣਾ, ਕਦੇ ਕਿਸੇ ਪਾਸੇ ਕਿਸੇ ਨਾਲ ਜਾਣਾ, ਗੋਡਾ ਮੇਰਾ ਲੱਗਦਾ ਨਹੀਂ, ਮੇਰੀ ਲੱਤ ਨੂੰ ਤੁਸੀਂ ਤੋੜ ਕੇ ਵੇਖ ਸਕਦੇ ਹੋ। ਹਾਂਜੀ, ਆਪਣਾ ਕੀ ਨਾਮ ਹੈ? ਮੇਰਾ ਗੋਪੀ ਰਾਮ, ਸਾਬਕਾ ਸਰਪੰਚ ਖਿੱਪਾਂ ਵਾਲੇ ਜੀ। ਜੀ, ਇੱਕ ਸੁਖਮਿੰਦਰ ਵੱਲੋਂ ਤੁਹਾਡੇ ਪਿੰਡ ਦੇ ਆਰੋਪ ਲਗਾਏ ਜਾ ਰਹੇ ਨੇ ਵੀ ਸੱਟ ਮਾਰੀ ਗਈ ਸੀ ਟਰਾਲੀ ਦੇ ਦੌਰਾਨ। ਦੇਖੋ ਜੀ, ਮੈਂ ਤਾਂ ਟਰੈਕਟਰ ਟਰਾਲੀ ਲੈ ਕੇ ਸੜਕ 'ਤੇ ਆ ਰਿਹਾ ਸੀਗਾ, ਇਹ ਮੋੜ 'ਤੇ ਖੜਾ ਸੀ ਉੱਥੇ, ਇਹਨੇ ਜਾਣ ਕੇ ਸੱਜ ਰਚ ਕੇ ਦੋ ਤਿੰਨ ਬੰਦੇ ਉੱਥੇ ਹੋਰ ਵੀ ਖੜੇ ਸੀਗੇ, ਮੈਂ ਟਰੈਕਟਰ ਮੋੜ ਲਿਆ, ਟਰਾਲੀ ਟਰੈਕਟਰ ਨਿਕਲ ਗਿਆ, ਪਿੱਛੇ ਡਾਲੇ ਕੋਲ ਮਾੜਾ ਜਿਹਾ ਨੇ ਕੋਈ ਆਪਦਾ ਮੋਢਾ ਲਾਇਆ ਜਾਣ ਬੁੱਝ ਕੇ, ਕਿਉਂ ਇਹਨਾਂ ਨੂੰ ਆਦਤ ਬਣੀ ਹੈ ਝੂਠੇ ਪਰਚੇ ਦਰਜ ਕਰਾਉਣ ਦੀ। ਇਹਨਾਂ ਨੇ ਪਹਿਲਾਂ ਵੀ ਮੇਰੇ 'ਤੇ 120 ਦਾ ਝੂਠਾ ਪਰਚੇ ਦਰਜ ਕਰਾਇਆ ਕਿਸੇ ਦੀ ਸ਼ਾਇਦ 'ਤੇ ਲੱਗ ਕੇ, ਲੋਕਾਂ ਦੇ ਕਹਿਣੇ 'ਤੇ ਲੱਗ ਕੇ, ਅਤੇ ਉਹਦੇ 'ਚ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਸਰਪੰਚੀ 'ਚ ਹਰਾਉਣ ਵਾਸਤੇ ਇਹਨਾਂ ਦੇ ਚਾਚਿਆਂ ਨੇ ਮੇਰੀ ਸਰਪੰਚੀ ਸੀਟ ਰਿਜ਼ਰਵ ਕਰਾਤੀ, ਮੈਂ ਸਰਪੰਚੀ ਫਿਰ SC ਸਰਪੰਚ ਬਣਾ ਕੇ ਸਾਰੀ ਪੰਚਾਇਤ ਜਿੱਤ ਗਿਆ। ਅਤੇ ਮੈਂ ਤੁਹਾਨੂੰ ਬੇਨਤੀ ਇਹ ਵੀ ਕਰਦਾ ਕਿ ਜਿਹੜੇ ਮੇਰੇ 'ਤੇ ਝੂਠੇ ਇਲਜ਼ਾਮ ਲਗਾ ਰਿਹਾ ਹੈ, ਇਹਦਾ ਮੇਰੇ ਕੋਲ ਪਰੂਫ ਹੈ, ਮੈਂ ਤੁਹਾਨੂੰ CC ਕੈਮਰੇ ਦੀ ਜਿਹੜੀ ਹੈ ਫੁਟੇਜ ਉਹ ਤੁਹਾਨੂੰ ਦੇ ਰਿਹਾ, ਤੁਸੀਂ ਉਹ ਵੀ ਨਾਲ ਲਿਖ ਲਓ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਏਗਾ ਜੇ ਮੈਂ ਗਲਤ ਹਾਂ ਤਾਂ ਮੇਰੇ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ, ਮੈਨੂੰ ਕੋਈ ਇਤਰਾਜ਼ ਨਹੀਂ ਕਿਸੇ ਗੱਲ ਦਾ ਜੀ। ਬਾਕੀ ਇਹ ਸਾਰੀ ਰਾਜਨੀਤਿਕ ਖੇਡ ਖੇਡੀ ਜਾ ਰਹੀ ਹੈ, ਕੁਝ 5-7 ਬੰਦੇ ਪਿੰਡ ਦੇ ਹੈਗੇ ਆ, ਉਹ ਇਹਨੂੰ ਗਲਤ ਗਾਈਡ ਕਰਦੇ ਆ।